ਅੱਜਕੱਲ ਦੇ ਸਮੇਂ ਦੇ ਵਿੱਚ ਪੜ੍ਹਾਈ ਬੱਚਿਆਂ ਲਈ ਕਿਉਂ ਇੰਨੀ ਜ਼ਰੂਰੀ ਹੈ? ਸਮਾਂ ਡਿਜੀਟਲ ਚੱਲਦਾ, ਹਰ ਚੀਜ਼ ਕੰਪਿਊਟਰਾਈਜ਼ ਹੋ ਗਈ ਹੈ ਤੇ ਪੜ੍ਹਾਈ ਤਾਂ ਬਹੁਤ ਜ਼ਰੂਰੀ ਹੈ। ਪੰਜਾਬ ਦੇ ਵਿੱਚ ਬੱਚੇ ਪੜ੍ਹਾਈ ਵੱਲੋਂ ਆਪਣਾ ਰੁਝਾਨ ਘੱਟ ਕਰਦੇ ਜਾ ਰਹੇ ਆ ਤੇ ਜਾਂ ਬਾਹਰ ਵੱਲ ਨੂੰ ਕਰਦੇ ਜਾ ਰਹੇ ਹੈਗੇ, ਕਿਉਂਕਿ ਲੋਕਾਂ ਦੀ ਇੱਕ ਧਾਰਨਾ ਹੋ ਗਈ ਹੈ ਕਿ ਅਸੀਂ ਬੱਚੇ ਨੂੰ ਪਲੱਸ ਟੂ ਪੜ੍ਹਾ ਦਿੱਤਾ ਤੇ ਸਾਨੂੰ ਨੌਕਰੀ ਨਹੀਂ ਮਿਲੀ ਤੇ ਜੀ ਨੌਕਰੀਆਂ ਤੇ ਸਾਰੇ ਬਾਹਰਲੀਆਂ ਸਟੇਟਾਂ ਵਾਲੇ ਲਈ ਜਾਂਦੇ ਆ। ਪਿੰਡਾਂ ਦੇ ਲੋਕ ਖਾਸ ਕਰਕੇ ਕਹਿ ਦਿੰਦੇ ਆ ਜੀ ਸਾਨੂੰ ਨੌਕਰੀ ਤਾਂ ਮਿਲਣੀ ਕੋਈ ਨਹੀਂ ਤੇ ਅਸੀਂ ਪੜ੍ਹਾ ਕੇ ਕੀ ਕਰਨਾ, ਜੇ ਪੜ੍ਹਾਉਣਾ ਤਾਂ ਬੱਚਾ ਬਾਹਰ ਕੀ ਕਰਨਾ। ਐਟਲੀਸਟ ਕਮ ਸੇ ਕਮ BA ਹਰ ਬੱਚਾ ਹੋਣਾ ਚਾਹੀਦਾ। ਰੋਜ਼ਗਾਰ ਜਿਹੜੇ ਸਰਕਾਰੀ ਨੂੰ ਆਪਣੇ ਲੋਕ ਜ਼ਿਆਦਾ ਕਹਿੰਦੇ ਆ ਵੀ ਸਾਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਪਰ ਸਰਕਾਰੀ ਨੌਕਰੀ ਤਾਂ ਚੰਦ ਕੁ ਬੰਦਿਆਂ ਨੂੰ ਮਿਲਦੀ, ਅੱਗੇ ਪਿਛਲੇ ਸਮੇਂ ਤੋਂ ਵੀ ਉਨਿਆਂ ਕੁ ਨੂੰ ਮਿਲਦੀ ਸੀ। ਪੰਜਾਬ 'ਚ ਜਿਹੜੀਆਂ ਪੋਸਟਾਂ ਹੈਗੀਆਂ ਉਹਦੇ ਕੰਪੀਟੀਸ਼ਨ ਹੁੰਦੇ ਨੇ, ਉਹ ਕਈ ਵਾਰੀ ਬਾਹਰੋਂ ਆ ਕੇ ਲੋਕ ਆਪਣੇ ਬੱਚੇ ਕੰਪੀਟੀਸ਼ਨ 'ਚ ਨਹੀਂ ਨਿਕਲਦੇ, ਬਾਹਰਲੀਆਂ ਸਟੇਟਾਂ 'ਚੋਂ ਆ ਕੇ ਨਿਕਲ ਜਾਂਦੇ ਨੇ, ਫਿਰ ਆਪਾਂ ਉਹਨਾਂ ਨੂੰ ਕਹਿੰਦੇ ਜੀ ਉਹ ਅੱਗੇ ਲੰਘ ਗਏ। ਆਪਣੇ ਬੱਚੇ 'ਚ ਇੱਕ ਭਾਵਨਾ ਕਰਨੀ ਚਾਹੀਦੀ ਆ ਵੀ ਮੈਂ ਮੇਰਾ ਇਹ ਏਮ ਹੈਗਾ ਅਤੇ ਮੈਂ ਇਹ ਕੰਪੀਟੀਸ਼ਨ ਲੜਨਾ ਤੇ ਫਿਰ ਜ਼ਰੂਰ ਕੁਛ ਨਾ ਕੁਛ ਹਾਸਲ ਹੋਊਗਾ। ਭਰਤੀ ਹੋਣਾ, ਕੈਪਟਨ ਬਣਨਾ ਜਾਂ ਇਹਨੇ ਅੱਗੇ ਜਾਣਾ ਤੇ ਉਹ ਟੈਸਟ ਦੋ ਔਰ ਬੜੇ ਓਪਨ ਹੈਗੇ, ਆਲ ਓਵਰ ਇੰਡੀਆ ਦੇ ਹੁੰਦੀਆਂ ਪੋਸਟਾਂ ਨਿਕਲਦੀਆਂ। ਅਸੀਂ ਨਾ ਇੱਕ ਆਪਣਾ ਦਾਇਰਾ ਸੀਮਤ ਕਰ ਲਿਆ ਹੋਇਆ, ਬਸ ਉਨਾ ਕੁ ਸੋਚਦੇ ਹੈਗੇ ਹਾਂ ਵੀ ਬਸ ਇੱਕੋ ਗੱਲ ਕਰ ਲਈ, ਹੈ ਨਹੀਂ। ਪਰ ਦੇਖਿਆ ਜਾਵੇ ਮਾਂ ਬਾਪ ਦੀ ਬੱਚਿਆਂ ਪ੍ਰਤੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਪੜ੍ਹਾਈ ਦੀ, ਉਹ ਥੋੜ੍ਹੀ ਜਿਹੀ ਅੱਗੇ ਨੂੰ ਘੱਟਦੀ ਜਾ ਰਹੀ ਆ। ਥੋੜ੍ਹੇ ਜਿਹੇ ਮਾਂ ਬਾਪ ਵੀ ਜ਼ਿੰਮੇਦਾਰ ਹੈਗੇ ਨੇ ਇਸ ਚੀਜ਼ ਦੇ? ਦੇਖੋ, ਜਦੋਂ ਨਰਸਰੀ 'ਚ ਬੱਚਾ ਜਾਂਦਾ ਨਾ ਜੀ, ਉਹਨੂੰ ਦੋ ਚੀਜ਼ਾਂ 'ਤੇ ਬਹੁਤ ਧਿਆਨ ਦਿੰਦਾ, ਇੱਕ ਆਪਣੇ ਟੀਚਰ ਵੱਲ ਅਤੇ ਇੱਕ ਆਪਣੀ ਮਾਂ ਵੱਲ। ਪਹਿਲਾਂ ਹੀ ਉਹਦੀ ਟੀਚਰ ਉਹਦੀ ਮਾਂ ਅਤੇ ਦੂਜਾ ਉਹਦੇ ਸਕੂਲ। ਫਿਰ ਜਦੋਂ ਬੱਚਾ ਵੱਡਾ ਹੋਈ ਜਾਂਦਾ ਤਾਂ ਆਪਾਂ ਜ਼ਿਆਦਾ ਪਿੰਡਾਂ ਦੇ ਲੋਕ ਆਪਾਂ ਪਿੱਛੇ ਜਾਣਾ ਹੀ ਛੱਡ ਦਿੰਦੇ ਬੱਚਿਆਂ ਦੇ, ਵੀ ਸੋਚਦੇ ਹਾਂ ਵੀ ਸਕੂਲ ਵਾਲਿਆਂ ਦੀ ਜ਼ਿੰਮੇਵਾਰੀ ਹੈਗੀ, ਸਕੂਲ ਭੇਜਤਾ, ਸਕੂਲ ਵਾਲੇ ਕਰਨ, ਸਕੂਲ ਵਾਲੇ ਨਾ ਕਰਨ। ਹਰੇਕ ਬੱਚਾ ਚਾਹੁੰਦਾ ਕਿ ਪਲੱਸ ਟੂ ਕਰਾਂ, ਉਸ ਤੋਂ ਬਾਅਦ ਆਈਲੈਟਸ ਕਰਾਂ, ਉਹ ਚਾਹੇ ਮੈਂ PT ਕਰਾਂ, ਮੈਂ ਕੈਨੇਡਾ, ਅਮੈਰੀਕਾ, ਇੰਗਲੈਂਡ ਜਾਵਾਂ, ਕਿਉਂਕਿ ਉੱਥੋਂ ਦੀ ਜ਼ਿੰਦਗੀ ਜਿਹੜੀ ਕਿ ਪੰਜਾਬ ਦੀ ਜ਼ਿੰਦਗੀ ਨੂੰ ਜ਼ਿਆਦਾ ਬਿਹਤਰ ਹੈ, ਕਿ ਉੱਥੇ ਕੰਮ ਕਰਨਾ ਸਿਖਾਲਾ ਹੈ। ਸਾਡੀ ਪੰਜਾਬੀਆਂ ਦੀ ਇੱਕ ਹੋ ਗਈ ਹੈ ਵੀ ਅਸੀਂ ਜਿਹੜਾ ਰਿਜ਼ਲਟ ਰਾਤੋਂ ਰਾਤ ਭਾਲਦੇ ਹਾਂ ਕਿ ਸਾਡਾ ਬੱਚਾ ਲੱਗਾ ਨਹੀਂ, ਫਿਰ ਅਸੀਂ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਡੀਮੋਰਲਾਈਜ਼ ਕਰਦੇ ਹਾਂ। ਕਈ ਵਾਰੀ ਬੱਚੇ ਇਸੇ ਚੱਕਰ ਦੇ ਵਿੱਚ ਸਟ੍ਰੈਸ ਲੈ ਜਾਂਦੇ ਆ। ਇੱਥੇ ਮਾਂ ਬਾਪ ਵੀ ਕਹਿ ਦਿੰਦੇ ਜਦੋਂ ਬੱਚਾ ਪੜ੍ਹਦਾ ਹੁੰਦਾ ਤੂੰ ਕੰਮ ਨਹੀਂ ਕਰਨਾ, ਇਹ ਪੜ੍ਹਦਾ, ਬਾਅਦ 'ਚ ਜਦੋਂ BA ਕਰ ਲੈਂਦੇ ਫਿਰ ਉੱਥੇ ਪ੍ਰੈਸ਼ਰ ਪਾ ਦਿੰਦੇ, ਇਹ ਕੰਮ ਹੀ ਨਹੀਂ ਕਰਦਾ ਕੋਈ ਵੀ ਬਾਹਰ। ਮੇਰੇ ਖਿਆਲ 8-10 ਸਾਲ ਦਾ ਬੱਚਾ ਅਖਬਾਰ ਸੁੱਟਣ ਲੱਗ ਪੈਂਦਾ, ਗੋਰੇ ਲਾ ਦਿੰਦੇ ਵੀ ਜਾਓ ਕਾਕਾ ਕੰਮ ਕਰੋ ਅਤੇ ਕਮਾਓ, ਘੰਟਾ 2 ਘੰਟੇ ਨੂੰ ਕੰਮ ਵੀ ਭੇਜਦੇ ਆ ਜਦੋਂ ਬੱਚਾ 13 ਸਾਲ ਟੱਪ ਜਾਂਦਾ। ਅਤੇ 13 ਸਾਲ ਤੱਕ ਮਾਂ ਬਾਪ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਇਹਨਾਂ ਨੂੰ ਲੈ ਕੇ ਆਉਣਾ, ਛੱਡ ਕੇ ਆਉਣਾ, ਇੱਕ ਦਿਨ ਉਹਨਾਂ ਦੇ ਨਾਲ ਰਹਿਣਾ। ਮਾਂ ਬਾਪ ਦਾ ਬਹੁਤ ਯੋਗਦਾਨ ਹੈ ਇਸ ਚੀਜ਼। ਪਹਿਲਾਂ ਪ੍ਰੋਗਰਾਮ ਚੱਲਦਾ ਹੁੰਦਾ ਸੀ, ਆ ਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ, ਅੱਜ ਅਸੀਂ ਲੈ ਕੇ ਆਏ ਹਾਂ ਆ ਜਾ ਮੇਰੇ ਪਿੰਡ ਦੀ ਪੜ੍ਹਾਈ ਦਾ ਨੁਹਾਰ ਦੇਖ ਲੈ, ਕਿ ਪਿੰਡ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਪੜ੍ਹਾਈ ਕਿੰਨੀ ਕੁ ਜ਼ਰੂਰੀ ਹੈ, ਕੀ ਪੜ੍ਹਾਈ ਸ਼ਹਿਰ ਦੇ ਬੱਚਿਆਂ ਦੇ ਹਿੱਸੇ ਆਈ ਹੈ, ਕੀ ਪਿੰਡ ਦੇ ਬੱਚੇ ਨੂੰ ਪੜ੍ਹਾਈ ਇੰਨੀ ਜ਼ਰੂਰੀ ਨਹੀਂ। ਇਸ ਸੋਚ ਨੂੰ ਲੈ ਕੇ ਅੱਜ ਛੋਟਾ ਜਿਹਾ ਸਾਡੇ ਵੱਲੋਂ ਇੱਕ ਹੀਲਾ ਕੀਤਾ ਗਿਆ ਵਾ। ਸਾਡੇ ਨਾਲ ਜੁੜੇ ਨੇ ਸਮਾਜ ਸੇਵੀ ਸਰਦਾਰ ਗੁਰਵਿੰਦਰ ਸਿੰਘ ਸੰਧੂ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੜ੍ਹਾਈ ਕਿਉਂ ਜ਼ਰੂਰੀ ਆ। ਸਭ ਤੋਂ ਪਹਿਲਾਂ ਤਾਂ ਗੁਰਵਿੰਦਰ ਸਿੰਘ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਹਾਂਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ। ਸਾਡਾ ਪਹਿਲਾਂ ਇੱਕ ਸਵਾਲ ਹੈ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੜ੍ਹਾਈ ਬੱਚਿਆਂ ਲਈ ਕਿਉਂ ਇੰਨੀ ਜ਼ਰੂਰੀ ਹੈ? ਦੇਖੋ, ਗੁਰੂ ਬਿਨ ਗਿਆਨ ਨਹੀਂ, ਅਤੇ ਜੇ ਅਸੀਂ ਸਕੂਲ ਜਾਵਾਂਗੇ ਤਾਂ ਤਾਂ ਹੀ ਗਿਆਨ ਮਿਲੇਗਾ। ਦੂਜੀ ਗੱਲ, ਸਮਾਂ ਡਿਜੀਟਲ ਚੱਲਦਾ, ਹਰ ਚੀਜ਼ ਕੰਪਿਊਟਰਾਈਜ਼ ਹੋ ਗਈ ਹੈ ਅਤੇ ਪੜ੍ਹਾਈ ਤਾਂ ਬਹੁਤ ਜ਼ਰੂਰੀ ਹੈ ਔਰ ਇਹ ਲਾਜ਼ਮੀ ਵੀ ਹੈ। ਦੇਖੋ, ਕਈ ਵਾਰ ਕੀ ਹੁੰਦਾ ਕਿ ਪੰਜਾਬ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਤੁਹਾਡਾ ਕੀ ਕਹਿਣਾ? ਕਈ ਵਾਰ ਕਹਿ ਦਿੰਦੇ ਲੋਕ ਕਿ ਪੰਜਾਬ ਦੇ ਵਿੱਚ ਬੱਚੇ ਬਹੁਤ ਘੱਟ ਪੜ੍ਹਦੇ ਨੇ, ਇਸ ਕਰਕੇ ਜਿਹੜੇ ਪੰਜਾਬ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਤੁਹਾਡਾ ਕੀ ਕਹਿਣਾ? ਇਹ ਪੰਜਾਬ ਦੇ ਵਿੱਚ ਬੱਚੇ ਪੜ੍ਹਾਈ ਵੱਲੋਂ ਆਪਣਾ ਰੁਝਾਨ ਘੱਟ ਕਰਦੇ ਜਾ ਰਹੇ ਆ ਅਤੇ ਜਾਂ ਬਾਹਰ ਵੱਲ ਨੂੰ ਕਰਦੇ ਜਾ ਰਹੇ ਹੈਗੇ, ਕਿਉਂਕਿ ਲੋਕਾਂ ਦੀ ਇੱਕ ਧਾਰਨਾ ਹੋ ਗਈ ਹੈ ਕਿ ਅਸੀਂ ਬੱਚੇ ਨੂੰ ਪਲੱਸ ਟੂ ਪੜ੍ਹਾ ਦਿੱਤਾ ਅਤੇ ਸਾਨੂੰ ਨੌਕਰੀ ਨਹੀਂ ਮਿਲੀ ਅਤੇ ਜੀ ਨੌਕਰੀਆਂ ਤਾਂ ਸਾਰੇ ਬਾਹਰਲੀਆਂ ਸਟੇਟਾਂ ਵਾਲੇ ਲਈ ਜਾਂਦੇ ਆ। ਉਹਦੇ 'ਚ ਥੋੜ੍ਹਾ ਜਿਹਾ ਮਾਂ ਬਾਪ ਦਾ ਸੋਚ ਨੂੰ ਬਦਲਣਾ ਪੈਣਾ ਔਰ ਪਿੰਡਾਂ ਦੇ ਲੋਕ ਖਾਸ ਕਰਕੇ ਕਹਿ ਦਿੰਦੇ ਆ ਜੀ ਸਾਨੂੰ ਨੌਕਰੀ ਤਾਂ ਮਿਲਣੀ ਕੋਈ ਨਹੀਂ ਅਤੇ ਅਸੀਂ ਪੜ੍ਹਾ ਕੇ ਕੀ ਕਰਨਾ, ਜੇ ਪੜ੍ਹਾਉਣਾ ਤਾਂ ਬੱਚਾ ਬਾਹਰ ਭੇਜਣਾ। ਗੁਰਵਿੰਦਰ ਸਿੰਘ, ਇੱਕ ਗੱਲ ਜ਼ਰੂਰ ਦੱਸਿਓ, ਅੱਜ ਦੇ ਸਮੇਂ 'ਚ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹਾਈ ਦੀ ਕਿੰਨੀ ਕੁ ਮਹੱਤਤਾ ਜਿਹੜੀ ਆ ਵਧੀਆ? ਦੇਖੋ, ਆਉਣ ਵਾਲਾ ਸਮਾਂ ਤਾਂ ਬਿਨਾਂ ਪੜ੍ਹਾਈ ਤੋਂ ਕੁਛ ਹੋਣਾ ਹੀ ਨਹੀਂ, ਹਰ ਚੀਜ਼ ਡਿਜੀਟਲ ਹੋ ਗਈ ਹੈ,
हर चीज़ तुसी कंप्यूटराइज हो, किते भी जाना सब कंप्यूटर ते ऑनलाइन तुहानू करना पैंदा। पढ़ाई तो बहुत जरूरी है और बेसिक पढ़ाई मेरे हिसाब नाल हर बंदे नू होनी चाहिए है। एटलीस्ट कम से कम BA हर बंद बच्चा होना चाहिए। एक गुरविंदर जी, पंजाब दे लोगों का अक्सर ही कहना है, एक सच भी है कि पंजाब दे विच बच्चे जो पढ़ाई कर लेंगे उन्होंने कोई रुजगार कोई काम नहीं मिलता, इस बारे की कहना है? उस बारे मैं ये बड़ा स्पष्ट करना चाहवागा भी कंपीटिशन की भावना रखन। देखो रोज़गार जिहड़े सरकारी नू अपने लोग ज़्यादा कहिंदे आ भी सानू सरकारी नौकरी नहीं मिली, पर सरकारी नौकरी तो चंद क बंदिआं नू मिलदी, अगे पिछले समय तो भी उन्निआं क नू मिलदी सी, तो वह हुण भी उन्नियां पोस्टां हैगियां, घट नहीं हैगियां। ये है कि कुछ इन्होंने ठेकेदारी का काम शुरू किया तो बच्चे ठेकेदारी भी लग के अपने पैसे कमा सकते हैं। दूजी गल रह गई भी पंजाब जिहड़ियां पोस्टां हैगियां उहदे कंपीटिशन हुंदे ने, कई वारी बाहरों आ गए लोग अपने बच्चे कंपीटिशन निकलते, बाहरलियां स्टेटां चों आ के निकल जाते हैं, फिर आपां उन्हां नूं कहिंदे जी ओह अगे लंघ गए। अपने बच्चे च इक भावना करनी चाहीदी आ भी मैं मेरा ये एम हैगा तो मैं ये कंपीटिशन लड़ना, तो फिर जरूर कुछ ना कुछ हासिल होगा। और पिंडा के बच्चे तकरीबन फौज च पुलिस च ते होर कई महकमे भर्ती होंगे, आप उन्होंने नहीं देखते, आप देखते जी फलाना आगे भर्ती हो गया जां फलाना तहसीलदार लग गया जां फलाना ये लग गया, पर ये देखिए भी उन्हें मेहनत किन्नी की। महेंद्र सिंह जी एक मैं ताड़ी गल मैं रोकदा, सॉरी तुसीं जिक्र किया कि फौज की नौकरी के देखा जाए कितने ना कि अपना तरन तारण जिला जो फौज के सब तो अगे जिहड़े लड़के जिहड़े जवान जिहड़े भर्ती होए सी, इह अज दी गल नहीं है, पिछले समय की भी मैं कुछ सालों की गल कर रहा, पिछे जिवें 1990 की गल ला लो, 70 71 की गल ला लो, 80 85 की, इन सन्नां दे विच भी जिहड़े पंजाब दे विचों तरन तारण जिला आया उहदे विच काफ़ी फौज दे विच जिहड़े मुंडे ने भर्ती होए ने, वो ये नहीं देखते कि जी बच्चा पढ़ के अपने आप से सैल्फ डिपेंडेंट हो गया, बच्चे गलबात का सलीका आ गया। मैं एक छोटी जी एग्जाम्पल दिना जी, आ जिहड़े आप पुलिस की वर्दी ला लो, फौज की वर्दी ला लो, जां स्कूलां च वर्दी क्यों बनाई जाती पवाई जाती है? इस करके पवाई जाती कि बंदा डिसिपलिन च रहे, उन्हू कपड़े पाउण दा सलीका आ जाए, उन्हू बहन सौण दा सलीका आ जाए, उन्हू डिसिपलिन दा सलीका आ जाए। ये चीज़ां बनाईयां इसे करके गई हैं, पिंडां च आम तौर कह दिंदे जी इहदा की फायदा, फायदा हर चीज़ का हैगा। दूजी गल पिंडां दे बच्चे तो अगे जाते हैं, शहर वाले बहुत घट प्रैफर करते फौज च जाना, ठीक है ना, उन्हां क्योंकि उन्हां कोल होर अपॉर्चुनिटीआं हुंदीआं। ਉਹ ਦੂਜੀ ਗੱਲ ਹੈ ਕਿ ਜੇ ਬੱਚੇ ਨੂੰ ਅਸੀਂ ਏਮ ਰੱਖਾਂਗੇ ਕਿ ਇਹ ਬੱਚੇ ਨੇ ਭਰਤੀ ਹੋਣਾ, ਕੈਪਟਨ ਬਣਨਾ ਜਾਂ ਇਹਨੇ ਅੱਗੇ ਜਾਣਾ, ਤਾਂ ਉਹ ਟੈਸਟ ਦੋ ਔਰ ਬੜੇ ਓਪਨ ਹੈਗੇ, ਆਲ ਓਵਰ ਇੰਡੀਆ ਦੇ ਹੁੰਦੀਆਂ ਪੋਸਟਾਂ ਨਿਕਲਦੀਆਂ। ਅਸੀਂ ਨਾ ਇੱਕ ਆਪਣਾ ਦਾਇਰਾ ਸੀਮਤ ਕਰ ਲਿਆ ਹੋਇਆ, ਬਸ ਉਨਾ ਕੁ ਸੋਚਦੇ ਹੈਗੇ ਹਾਂ ਵੀ ਬਸ ਇੱਕੋ ਗੱਲ ਕਰ ਲਈ, ਹੈ ਨਹੀਂ ਹੈ ਨਹੀਂ ਹੈ ਨਹੀਂ, ਸਭ ਕੁਛ ਹੈਗਾ ਜੀ। ਉਹ ਪੰਜਾਬ ਖੁਸ਼ਹਾਲ ਪੰਜਾਬ ਆ, ਆਪਾਂ ਕਿਉਂ ਬਦਨਾਮ ਕਰਨ ਡੇ ਹਾਂ? ਪਰ ਦੇਖਿਆ ਜਾਵੇ ਮਾਂ ਬਾਪ ਦੀ ਬੱਚਿਆਂ ਪ੍ਰਤੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਪੜ੍ਹਾਈ ਦੀ, ਉਹ ਥੋੜ੍ਹੀ ਜਿਹੀ ਅੱਗੇ ਨੂੰ ਘੱਟਦੀ ਜਾ ਰਹੀ ਆ, ਕਿ ਥੋੜ੍ਹਾ ਜਿਹਾ ਲਗਾਨ ਜਿਹੜਾ ਬੱਚਿਆਂ ਦੇ ਪਿੱਛੇ ਘੱਟਦਾ ਜਾ ਰਿਹਾ, ਉਸ ਬਾਰੇ ਕੀ ਕਹਿਣਾ? ਕਿ ਥੋੜ੍ਹਾ ਜਿਹਾ ਮਾਂ ਬਾਪ ਵੀ ਜ਼ਿੰਮੇਦਾਰ ਹੈਗੇ ਨੇ ਇਸ ਚੀਜ਼ ਦੇ? ਬਿਲਕੁਲ ਜੀ, ਮਾਂ ਬਾਪ ਨੂੰ ਚਾਹੀਦਾ ਕਿ ਵੀ ਆਪਣੇ ਬੱਚੇ 'ਚ, ਦੇਖੋ ਜਦੋਂ ਨਰਸਰੀ 'ਚ ਬੱਚਾ ਜਾਂਦਾ ਨਾ ਜੀ, ਉਹਨੂੰ ਦੋ ਚੀਜ਼ਾਂ 'ਤੇ ਬਹੁਤ ਧਿਆਨ ਦਿੰਦਾ, ਇੱਕ ਆਪਣੇ ਟੀਚਰ ਵੱਲ ਅਤੇ ਇੱਕ ਆਪਣੀ ਮਾਂ ਵੱਲ। ਪਹਿਲਾਂ ਹੀ ਉਹਦੀ ਟੀਚਰ ਉਹਦੀ ਮਾਂ ਅਤੇ ਦੂਜਾ ਉਹਦੇ ਸਕੂਲ। ਫਿਰ ਜਦੋਂ ਬੱਚਾ ਵੱਡਾ ਹੋਈ ਜਾਂਦਾ ਅਤੇ ਆਪਾਂ ਜ਼ਿਆਦਾ ਪਿੰਡਾਂ ਦੇ ਲੋਕ ਆਪਾਂ ਪਿੱਛੇ ਜਾਣਾ ਹੀ ਛੱਡ ਦਿੰਦੇ ਹਾਂ ਬੱਚਿਆਂ ਦੇ, ਵੀ ਸੋਚਦੇ ਹਾਂ ਵੀ ਸਕੂਲ ਵਾਲਿਆਂ ਦੀ ਜ਼ਿੰਮੇਵਾਰੀ ਹੈਗੀ, ਸਕੂਲ ਭੇਜਤਾ, ਸਕੂਲ ਵਾਲੇ ਕਰਨ, ਸਕੂਲ ਵਾਲੇ ਨਾ ਕਰਨ। ਨਹੀਂ, ਮਗਰ ਜਾਣਾ ਚਾਹੀਦਾ, ਬੱਚਾ ਕੀ ਕਰ ਰਿਹਾ, ਬੱਚੇ ਦੀ ਰੁਚੀ ਕੀ ਹੈ, ਬੱਚਾ ਮੈਡੀਕਲ ਕਰਨਾ ਚਾਹੁੰਦਾ ਜਾਂ ਆਰਟਸ ਕਰਨਾ ਚਾਹੁੰਦਾ ਜਾਂ ਸਪੋਰਟਸ 'ਚ ਜਾਣਾ ਚਾਹੁੰਦਾ ਜਾਂ ਹੋਰ ਕੋਈ ਐਕਟੀਵਿਟੀ 'ਚ ਜਾਣਾ ਚਾਹੀਦਾ, ਉਸ ਬੰਦੇ ਦਾ ਉਹ ਬੱਚੇ ਦਾ ਰੁਝਾਨ ਕਰਨਾ ਚਾਹੀਦਾ, ਬੱਚੇ ਦੀ ਜਿੱਧਰ ਰੁਚੀ ਹੈ ਉੱਧਰ ਬੱਚੇ ਨੂੰ ਤੋਰਨਾ ਚਾਹੀਦਾ। ਗੁਰਿੰਦਰ ਸਿੰਘ ਜੀ, ਮੈਂ ਥੋੜ੍ਹੇ ਉਸ ਸਵਾਲ ਨੂੰ ਰਿਪੀਟ ਕਰਨਾ ਚਾਹੁੰਦਾ ਕਿ ਮਾਂ ਬਾਪ ਦੀ ਬੱਚਿਆਂ ਪ੍ਰਤੀ ਜਿਹੜੀ ਜ਼ਿੰਮੇਵਾਰੀ ਦੀ ਮੈਂ ਗੱਲ ਕੀਤੀ ਸੀ, ਜ਼ਿੰਮੇਵਾਰੀ ਕਿਉਂਕਿ ਪਲੱਸ ਟੂ 10th ਕਲਾਸ ਤੱਕ ਮਾਂ ਪਿਓ ਜੋ ਬਹੁਤ ਜ਼ਿੰਮੇਵਾਰੀ ਨਿਭਾਉਂਦੇ ਨੇ, ਪਰ ਜਿਹੜੀ ਮੈਂ ਅਗਲੀ ਪੜ੍ਹਾਈ ਦੀ ਗੱਲ ਕਰ ਰਿਹਾ, ਉਸ ਜ਼ਿੰਮੇਵਾਰੀ ਦੀ ਗੱਲ ਕਰ ਰਿਹਾ ਕਿ ਮਾਂ ਪਿਓ ਵੀ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਕਨਵਰਟ ਕਰਦਾ ਕਿ ਤੁਸੀਂ ਬੇਟਾ MA BEd ਚਾਹੇ ਹੋਰ ਡਿਗਰੀਆਂ ਤੁਸੀਂ ਇਹ ਕਰੋ, ਚਾਹੇ MBBS ਕੋਈ ਵੀ ਡਿਗਰੀ ਤੁਸੀਂ ਕਰੋ ਅਤੇ ਪੰਜਾਬ 'ਚ ਕੰਮ ਕਰੋ, ਪੰਜਾਬ 'ਚ ਜੋਬ ਕਰੋ, ਕਿਉਂਕਿ ਹਰੇਕ ਬੱਚਾ ਚਾਹੁੰਦਾ ਕਿ ਪਲੱਸ ਟੂ ਕਰਾਂ, ਉਸ ਤੋਂ ਬਾਅਦ ਆਈਲੈਟਸ ਕਰਾਂ, ਚਾਹੇ ਮੈਂ PT ਕਰਾਂ, ਮੈਂ ਕੈਨੇਡਾ ਅਮੈਰੀਕਾ ਇੰਗਲੈਂਡ ਜਾਵਾਂ, ਕਿਉਂਕਿ ਉੱਥੋਂ ਦੀ ਜ਼ਿੰਦਗੀ ਜਿਹੜੀ ਕਿ ਪੰਜਾਬ ਦੀ ਜ਼ਿੰਦਗੀ ਨੂੰ ਜ਼ਿਆਦਾ ਬਿਹਤਰ ਆ, ਕੀ ਉੱਥੇ ਕੰਮ ਕਰਨਾ ਸਿਖਾਲਾ, ਇਸ ਬਾਰੇ ਥੋੜ੍ਹਾ ਵਿਸਤਾਰ ਨਾਲ? ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਸੀਂ ਮਾਂ ਬਾਪ ਦੀ ਗੱਲ ਕੀਤੀ ਉਹਦਾ ਮੈਂ ਜਵਾਬ ਇਹ ਦਿੰਦਾ ਕਿ ਮਾਂ ਬਾਪ ਇਹ ਸੋਚਦੇ ਵੀ ਪਲੱਸ ਟੂ ਕਰ ਲਈ ਅਤੇ ਅੱਗੇ ਹਨੇਰਾ ਹੀ ਹਨੇਰਾ, ਨਹੀਂ ਮੈਂ ਉਹ ਇਹ ਕਹੂੰਗਾ ਕਿ ਬੱਚੇ ਨੂੰ ਅੱਗੇ ਮੈਨੂੰ ਕਹੋ ਵੀ, ਮੈਂ ਕਹਿੰਦਾ ਵੀ ਸਭ ਤੋਂ ਜ਼ਿਆਦਾ ਓਪਰਚੁਨਿਟੀ ਆਰਟਸ ਦੇ ਵਿੱਚ ਹੈਗੀ ਆ, ਕਮਰਸ ਵਾਲਿਆਂ ਨੂੰ ਵਿਚਾਰਿਆਂ ਨੂੰ
ਬੈਂਕਿੰਗ 'ਚ ਜਾਣਾ ਪੈਂਦਾ, ਇੰਜੀਨੀਅਰਿੰਗ ਵਾਲਿਆਂ ਨੂੰ ਇੰਜੀਨੀਅਰਿੰਗ, ਮੈਡੀਕਲ ਵਾਲਿਆਂ ਨੂੰ ਮੈਡੀਕਲ 'ਚ ਜਾਣਾ ਪੈਂਦਾ। ਇੱਕ ਜਿਹੜੀ ਆਰਟਸ ਹੈ ਨਾ, ਉਹਦੇ ਵਿੱਚ ਬਹੁਤ ਵੱਡਾ ਦਾਇਰਾ, ਵੀ ਤੁਸੀਂ ਕਈ ਤਰ੍ਹਾਂ ਦੇ ਟੈਸਟ ਦੇ ਸਕਦੇ ਹੋ, ਆਰਮੀ 'ਚ ਵੀ ਭਰਤੀ ਹੋ ਸਕਦੇ ਹੋ। ਘੱਟੋ ਘੱਟ ਆਰਟਸ ਕਰਾਓ ਬੱਚਿਆਂ ਨੂੰ, ਉਹਨਾਂ ਨੂੰ ਇਹ ਵੀ ਕਹੋ ਵੀ ਬੇਟਾ ਤੂੰ ਟੈਸਟ ਦੇ, ਫਿਰ ਦੂਜੀ ਗੱਲ ਜਦੋਂ BA ਹੋ ਜਾਂਦੀ ਜਾਂ MA ਹੋ ਜਾਂਦੀ, ਸਾਡੀ ਪੰਜਾਬੀਆਂ ਦੀ ਇੱਕ ਹੋ ਗਈ ਆ ਵੀ ਅਸੀਂ ਜਿਹੜਾ ਰਿਜ਼ਲਟ ਰਾਤੋਂ ਰਾਤ ਭਾਲਦੇ ਹਾਂ ਵੀ ਸਾਡਾ ਬੱਚਾ ਲੱਗਾ ਨਹੀਂ, ਫਿਰ ਅਸੀਂ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਡੀਮੋਰਲਾਈਜ਼ ਕਰਦੇ ਹਾਂ। ਕਈ ਵਾਰੀ ਬੱਚੇ ਇਸੇ ਚੱਕਰ ਦੇ ਵਿੱਚ ਸਟ੍ਰੈਸ ਲੈ ਜਾਂਦੇ ਆ। ਦੂਜੀ ਗੱਲ ਜਿਹੜੀ ਤੁਸੀਂ ਬਾਹਰ ਦੀ ਗੱਲ ਕੀਤੀ ਹੈ, ਬਾਹਰ ਦੀ ਬਹੁਤ ਜ਼ਿਆਦਾ ਲਾਈਫ ਟਫ ਹੈਗੀ ਆ। ਠੀਕ ਆ, ਜਦੋਂ ਚਲੇ ਜਾਂਦਾ ਕੋਈ, ਮੈਂ ਉਹਨੂੰ ਮਿੱਠੀ ਜੇਲ੍ਹ ਕਹਿੰਦਾ, ਫਿਰ ਅਗਲਾ ਕੋਈ ਆਉਂਦਾ ਨਹੀਂ। ਦੂਜੀ ਗੱਲ ਹੈਗੀ ਵੀ ਉੱਥੇ ਇਕੁਐਲਿਟੀ ਹੈਗੀ ਹੈ, ਉੱਥੇ ਸਾਰੇ ਮਿਹਨਤ ਕਰਦੇ ਆ। ਇੱਥੇ ਇੱਕ ਜੀ ਟੱਬਰ ਦਾ ਜੇ ਕਮਾ ਕੇ ਅਤੇ ਬਾਕੀ ਖਾ ਸਕਦੇ ਆ, ਉੱਥੇ ਸਾਰੇ ਕਮਾਉਂਦੇ। ਜੀ ਗੱਲ, ਉੱਥੇ ਡਿਸਿਪਲਿਨ ਹੈਗਾ, ਇੱਕ ਸਿਸਟਮ ਬਣ ਗਿਆ ਹੋਇਆ। ਇੱਥੇ ਮਾਂ ਬਾਪ ਵੀ ਕਹਿ ਦਿੰਦੇ, ਜਦੋਂ ਬੱਚਾ ਪੜ੍ਹਦਾ ਹੁੰਦਾ ਤੂੰ ਕੰਮ ਨਹੀਂ ਕਰਨਾ, ਇਹ ਪੜ੍ਹਦਾ। ਬਾਅਦ 'ਚ ਜਦੋਂ BA ਕਰ ਲੈਂਦੇ ਫਿਰ ਉੱਥੇ ਪ੍ਰੈਸ਼ਰ ਪਾ ਦਿੰਦੇ, ਇਹ ਕੰਮ ਹੀ ਨਹੀਂ ਕਰਦਾ ਕੋਈ ਵੀ। ਜੇ ਆਪਾਂ ਛੋਟੇ ਹੁੰਦੇ ਤੋਂ ਬੱਚੇ ਨੂੰ ਆਦਤ ਪਾਈ ਹੈ ਵੀ ਤੂੰ ਬੇਟਾ ਨਾਲ ਕੰਮ ਵੀ ਕਰਨਾ, ਘਰ ਦਾ ਨਾਲੇ ਪੜ੍ਹਨਾ ਵੀ ਹੈ, ਜਿੱਦਾਂ ਬਾਹਰ ਹੈਗਾ। ਬਾਹਰ ਮੇਰੇ ਖਿਆਲ ਨਾਲ 8-10 ਸਾਲ ਦਾ ਬੱਚਾ ਅਖਬਾਰ ਸੁੱਟਣ ਲੱਗ ਪੈਂਦਾ, ਗੋਰੇ ਲਾ ਦਿੰਦੇ ਵੀ ਜਾਓ ਕਾਕਾ ਕੰਮ ਕਰੋ ਅਤੇ ਕਮਾਓ। ਘੰਟਾ ਦੋ ਘੰਟੇ ਨੂੰ ਕੰਮ ਵੀ ਭੇਜਦੇ ਆ ਜਦੋਂ ਬੱਚਾ 13 ਸਾਲ ਟੱਪ ਜਾਂਦਾ। ਅਤੇ 13 ਸਾਲ ਤੱਕ ਮਾਂ ਬਾਪ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਇਹਨਾਂ ਨੂੰ ਲੈ ਕੇ ਆਉਣਾ, ਛੱਡ ਕੇ ਆਉਣਾ, ਇੱਕ ਦਿਨ ਉਹਨਾਂ ਦੇ ਨਾਲ ਰਹਿਣਾ। ਮਾਂ ਬਾਪ ਦਾ ਬਹੁਤ ਯੋਗਦਾਨ ਹੈ ਇਸ ਚੀਜ਼ 'ਚ। ਆਪਾਂ ਇੱਕ ਚੀਜ਼ ਕਿਸੇ ਸਰਕਾਰ 'ਤੇ ਥੋਪ ਦਈਏ ਜਾਂ ਸਕੂਲ 'ਤੇ ਥੋਪ ਦਈਏ, ਆਪਾਂ ਨੂੰ ਆਪਣੀ ਜ਼ਿੰਮੇਵਾਰੀ, ਨੈਤਿਕ ਜ਼ਿੰਮੇਵਾਰੀ ਵੀ ਲੈਣੀ ਪੈਣੀ। ਇਹ ਸਨ ਸਾਡੇ ਨਾਲ ਸਮਾਜ ਸੇਵੀ ਸਰਦਾਰ ਗੁਰਵਿੰਦਰ ਸਿੰਘ ਸੰਧੂ ਜੀ, ਜਿਨ੍ਹਾਂ ਨੇ ਪੜ੍ਹਾਈ ਬਾਰੇ ਬਹੁਤ ਵਿਸਥਾਰ ਨਾਲ ਬੱਚਿਆਂ ਨੂੰ ਅਤੇ ਬੱਚਿਆਂ ਦੇ ਮਾਂ ਪਿਓ ਬਾਰੇ ਗੱਲਬਾਤ ਕੀਤੀ ਕਿ ਸਾਡੇ ਬੱਚਿਆਂ ਨੂੰ ਕਿੰਨੀ ਕੁ ਜਿਹੜੀ ਪੜ੍ਹਾਈ ਆ ਕਿੰਨੀ ਕੁ ਜ਼ਰੂਰੀ ਆ। ਕਿਉਂਕਿ ਜਿਹੜਾ ਅੱਜ ਦਾ ਦੌਰ ਅਤੇ ਅੱਜ ਦਾ ਸਮਾਂ ਚੱਲ ਰਿਹਾ, ਅੱਜ ਦੇ ਸਮੇਂ ਦੇ ਵਿੱਚ ਬੱਚੇ ਜ਼ਿਆਦਾਤਰ ਪੜ੍ਹਾਈ ਕਰਕੇ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਨੇ। ਪਰ ਗੁਰਵਿੰਦਰ ਸਿੰਘ ਸੰਧੂ ਦਾ ਕਹਿਣਾ ਕਿ ਜੇ ਪੜ੍ਹਾਈ ਕੀਤੀ ਹੋਵੇ ਅਤੇ ਪਲੱਸ ਟੂ ਤੋਂ ਅੱਗੇ ਵੀ ਪੜ੍ਹਾਈ ਕਰੋ ਅਤੇ ਪੰਜਾਬ ਦੇ ਵਿੱਚ ਵੀ ਰੁਜ਼ਗਾਰ ਮਿਲਦਾ। ਮੈਂ ਭਗਤ ਸਿੰਘ ਸੰਧੂ, ਚੋਹਲਾ ਸਾਹਿਬ।